विचारे तल की अग्न ब्रह्म पर जा Thank you.
ਸਮਾਧੀਆਂ ਲਾਉਣ ਵਾਲੇ, ਘਰ ਬਾਰ ਛੱਡ ਕੇ ਜਗੀ ਕਹਾਣ ਵਾਲੇ ਥੱਕ ਗਏ। ਉਹਨੂੰ ਜਾਣਨਾ ਉਹਨਾਂ ਲਈ ਇੱਕ ਵੱਡੀ ਪ੍ਰੋਬਲਮ ਬਣਿਆ ਹੋਇਆ, ਸਦੀਆਂ ਤੋਂ ਯੁਗਾਂ ਤੋਂ ਬਣਿਆ ਹੋਇਆ। ਬਾਣੀ ਚਾਖੇ ਹਰ ਕੀ ਗੱਤ ਗੁਰੂ ਤੇਗ ਬਹਾਦਰ ਹਰ ਇੱਕ ਗਤ ਮੈਂ ਕਹੁ ਜਾਣੈ ਜੋਗੀ ਹੀ ਜਤੀ ਤਪੀ ਪਚ ਹਾਰੇ ਅਰਬੋਂ ਲੋਕ ਸਿਆਣੇ। ਜੇ ਉਹਨਾਂ ਉਸਨੂੰ ਮਿਲਣਾ ਮੁਸ਼ਕਲ ਹੈ ਤਾਂ ਫਿਰ ਮੈਂ ਕਿਵੇਂ ਆਖਾਂ ਉਹ ਨੇੜੇ ਹੈ? ਸਵਾਲ ਇਹ ਸੀ, ਰਾਤ ਖੜਾ ਹੋਇਆ ਸੀ ਕਿ ਤੁਸੀਂ ਆਖਦੇ ਹੋ ਹੈ ਹਜ਼ੂਰ, ਕਤ ਦੂਰ ਬਤਾਓ ਰੱਬ ਦੇ ਨੇ ਕਿ ਉਸ ਨੂੰ ਦੂਰ ਰੱਖਣਾ। ਨਿਰਾ ਮੈਂ ਨਹੀਂ, ਪਤਾ ਨਹੀਂ ਯੁਗਾਂ ਤੋਂ ਕਿੰਨੇ ਹੀ ਲੋਕ ਨੇ ਧਰਮ ਦੇ ਖੇਤਰ ਵਿੱਚ ਵਿਚਰਨ ਵਾਲੇ, ਰੱਬ ਦੇ ਰਾਹਾਂ ਤੇ ਤੁਰਨ ਵਾਲੇ, ਤੁਰਦੇ ਤੁਰਦੇ ਥੱਕ ਜਾਣ ਵਾਲੇ, ਜਿਵੇਂ ਬਾਬਾ ਕਬੀਰ ਜੀ ਦੇ ਇੱਕ ਲਫ਼ਜ਼ ਆਇਆ ਸੀ, ਕਹਿਣ ਲੱਗੇ ਜੈ ਮਾਰਗ ਪੰਡਿਤ ਗਏ ਪਾਛੇ ਪਰੇ ਵਹੀਰ, ਵਹੀਰਾਂ ਘੱਤ ਕੇ ਬੜੇ ਵੱਡੇ ਵੱਡੇ ਕਾਫਲੇ ਤੁਰ ਪਏ ਰੱਬ ਨੂੰ ਮਿਲਣ ਵਾਸਤੇ, ਪਰ ਹੋਇਆ ਕੀ? ਥੱਕ ਗਏ, ਰਸਤੇ ਵਿੱਚ ਹੀ ਰਹਿ ਗਏ। ਇੱਕ ਉਹ ਘਟ ਘਾਟੀ ਰਾਮ ਕੀਰਤੇ ਚੜ੍ਹ ਰਹੇ ਹੋ ਕਬੀਰ, ਕੇਵਲ ਇਕੱਲਾ ਕਬੀਰ ਹੀ ਰਹਿ ਗਿਆ। ਰੱਬ ਨੂੰ ਮਿਲਣਾ ਇੰਨਾ ਮੁਸ਼ਕਲ ਹੈ, ਕਿਵੇਂ ਕਹਿੰਦੇ ਹੋ ਨੇੜੇ? ਲੋ ਸਵਾਲ ਇਹ ਸੀ, ਮੈਂ ਹੋਰ ਵਿਸਥਾਰ ਵਿੱਚ ਨਾ ਜਾਵਾਂ। ਤੇ ਅਗਲੀ ਲਾਈਨ ਅੰਦਰ ਜਿਹੜਾ ਜਵਾਬ ਸੀ ਨਾ, ਉਹਦਾ ਹੀ ਸਾਰੇ ਸ਼ਬਦ ਵਿੱਚ ਫਾਇਦਾ ਸੀ। ਕਹਿਣ ਲੱਗੇ ਰੱਬ ਨੇੜੇ ਹੈ, ਰੱਬ ਨੇੜੇ, ਪਰ ਤੂੰ ਘਰ ਦੇ ਦਰਵਾਜ਼ੇ ਤੇ ਤਾਂ ਕੁੱਤੇ ਬੰਨੇ ਹੋਏ ਨੇ, ਖਤਰਨਾਕ ਲੜਾਕੇ, ਖਤਰਨਾਕ। ਮੈਂ ਰਾਤ ਅਰਜ਼ ਕੀਤੀ ਸੀ, ਜਿਹਨੇ ਦਰਵਾਜ਼ੇ ਤੇ ਕੁੱਕਰ ਬੰਨੇ ਹੋਣ ਉਹ ਬੋਰਡ ਵੀ ਲਾ ਦਿੰਦਾ ਕਿ ਨੇੜੇ ਨਾ ਆਇਓ। ਉੱਥੇ ਫਿਰ ਇਹ ਵੀ ਨਤੀਜਾ ਨਿਕਲਦਾ, ਚੋਰ ਜੇ ਨਹੀਂ ਆਉਂਦੇ ਤਾਂ ਆਪਣੇ ਮਿੱਤਰ ਵੀ ਨਹੀਂ ਆਉਂਦੇ, ਉਹ ਵੀ ਡਰਦੇ। ਸਵਾਲ ਸੀ ਰੱਬ ਨੇੜੇ ਪਰ ਮਿਲਾ ਕਿਵੇਂ? ਤੂੰ ਤੇ ਆਪਣੇ ਦਰਵਾਜ਼ੇ ਅੱਗੇ ਬੜੇ ਦੁੰਦਰ ਖਤਰਨਾਕ ਲੋਕ ਜੀਵ ਬਿਠਾਈ ਬੈਠਾ, ਉਹਨਾਂ ਨੂੰ ਬੰਨ। ਅਸੀਂ ਆਖਦੇ ਹਾਂ ਨਾ ਕਈ ਵਾਰ ਦੋਸਤ ਨੂੰ, ਵੀ ਘਰ ਦਾ ਕੁੱਤਾ ਬੰਨ ਲੈ ਤਾਂ ਆਵਾਂਗਾ ਅੰਦਰ, ਬੜਾ ਖਤਰਨਾਕ। ਇੱਥੇ ਵੀ ਇਹ ਸਵਾਲ, ਦੁੰਦਰ ਬੰਧੋ ਸੁੰਦਰ ਪਾਓ, ਜੇ ਰੱਬ ਨੂੰ ਮਿਲਦਾ
ਤਾਂ ਜਿਹੜੇ ਖਤਰਨਾਕ ਜੀਵ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਖਤਾ ਕਿੰਨੇ ਕੁ ਚਾਰ ਚੁਫੇਰੇ ਬਣ ਛੱਡੇ ਨੇ। ਪਹਿਲਾਂ ਉਹਨੂੰ ਬਣ ਜਿਹੜੇ ਘਰ ਵਿੱਚ ਖੁੱਲ੍ਹੇ ਛੱਡੇ ਜਿਹਨਾਂ ਦਾ ਰਾਜ ਬਣਿਆ ਹੋਇਆ, ਤੇ ਉਹਨਾਂ ਦੇ ਰਾਜ ਉਹਨਾਂ ਦੀ ਸ਼ਕਤੀ ਨਾਲ ਹੀ ਮਨ ਬੈਠਾ ਰਾਜ ਕਰ ਰਿਹਾ ਇਸ ਕਾਇਆ ਦੀ ਰਾਜਧਾਨੀ ਤੇ। ਇੱਥੋਂ ਅਗਲਾ ਪਾਸਾ ਸ਼ੁਰੂ ਹੋਇਆ, ਮਨ ਬੈਠਾ ਇਸ ਕਾਇਆ ਦੀ ਨਗਰੀ ਤੇ ਰਾਜ ਕਰ ਰਿਹਾ, ਨਗਰੀ ਦੇ ਅੰਦਰ ਹੀ ਰੱਬ ਬੈਠਾ, ਰੱਬ ਵੀ ਕਿਤੇ ਬਾਹਰ ਨਹੀਂ। ਸਰਗੁਣ ਬਾਣੀ ਵਿੱਚ ਆਖ ਦਿੱਤਾ, ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ, ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਰੱਬ ਵੀ ਅੰਦਰ ਬੈਠਾ। ਬਾਹਰ ਢੂੰਡਣ ਤੇ ਛੂਟ ਕਰੀ, ਛੂਟ ਪਰੀ ਗੁਰ ਘਰ ਹੀ ਮੈਂ ਦਿਖਾਇਆ ਥਾ। ਸਰੀਰੋਂ ਭਾਵੇਂ ਕੋਈ ਬਾਹਰ ਜਾਏ, ਗੁਰਬਾਣੀ ਅੰਦਰ ਬੜੀ ਥਾਵੇਂ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ। ਕਹਿਣ ਲੱਗੇ ਜੇ ਕਾਇਆ ਦੇ ਅੰਦਰ ਬੈਠਾ ਹੈ ਤੇ ਮਿਲਦਾ ਕਿਉਂ ਨਹੀਂ? ਕਹਿਣ ਲੱਗੇ ਕਿਉਂਕਿ ਮਨ ਰਾਜਾ ਬਣ ਬੈਠਾ, ਉਹਨੇ ਚਾਰ ਚਫੇਰੇ ਆਪਣੇ ਬੜੇ ਡੇਂਜਰਸ ਲੋਕ ਬਣ ਕੇ ਆਪਣੇ ਸਾਹਮਣੇ ਰੱਖੇ ਹੋਏ ਨੇ, ਤੂੰ ਅੰਦਰ ਪ੍ਰਵੇਸ਼ ਹੀ ਨਹੀਂ ਕਰ ਸਕਦਾ। ਬਾਹਰ ਢੂੰਡ ਰਹੇ ਅੰਦਰ ਪ੍ਰਵੇਸ਼, ਜੰਗਲਾਂ ਵਿੱਚ ਪਿਆ ਫਿਰਨਾ ਅੰਦਰ ਢੂੰਡਦਾ ਹੀ ਨਹੀਂ। ਰਾਤਰੀ ਲਓ, ਇਸ ਲਈ ਪਹਿਲਾਂ ਮਨ ਦਾ ਰਾਜ ਖਤਮ ਹੋਵੇ ਕਾਇਆ ਤੇ। ਰਾਤ ਇੱਥੋਂ ਸ਼ੁਰੂ ਹੋਈ ਸੀ, ਮਨ ਦਾ ਰਾਜ ਖਤਮ ਹੋਵੇ ਜਿਹੜਾ ਕਾਇਆ ਤੇ ਹੈ। ਤੇ ਮਨ ਦਾ ਰਾਜ ਕਿਵੇਂ ਖਤਮ ਹੋਵੇ? ਉਹਦੇ ਲੜਾਕੀ ਫੌਜ ਖਤਮ ਹੋਵੇ। ਰਾਤ ਵੀ ਮੈਂ ਉਸ ਗੱਲ ਨੂੰ ਲੜੀ ਨੂੰ ਜੋੜਨਾ ਚਾਹੁੰਦਾ। ਰਾਤ ਵੀ ਦੱਸਾਂ ਕਿ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਤੇ ਮਨ ਮਾਵਾਸੀ ਰਾਜਾ। ਮਨ ਮਰਿਆ ਦਾਤ ਮਰ, ਬਿਨ ਮਨ ਹੋਵੇ ਕੈਸੇ ਹਰ ਪਾਏ, ਉਹਦਾ ਰਾਜ ਖਤਮ ਹੋਵੇ ਰਾਤੇ ਨੂੰ। ਤੇ ਇੱਥੇ ਬਾਬਾ ਕਬੀਰ ਜੀ ਨੇ ਇਸੇ ਗੱਲ ਦਾ ਜਵਾਬ ਦੇ ਦਿੱਤਾ। ਕਹਿਣ ਲੱਗੇ ਕਿਵੇਂ ਮਿਲੇ? ਕਹਿਣ ਲੱਗੇ ਸੋ ਮੁੱਲਾਂ ਜੋ ਮਨ ਸੋ ਲੜੇ। ਪਹਿਲਾ ਸਵਾਲ ਹੈ, ਮਨ ਨਾਲ ਵੀ ਤੇਰਾ ਟਕਰਾਓ ਹੋਏਗਾ। ਜਿਹੜਾ ਕਾਲ ਪੁਰਖ ਹੈ ਨਾ, ਜਿਹਨੇ ਤੈਨੂੰ ਗ੍ਰਸਿਆ ਹੋਇਆ, ਜਿਹਦੇ ਅੱਗੇ ਤੂੰ ਸਿਰ ਝੁਕਾ ਕੇ ਆਖ ਰਿਹਾ ਆਦਮ ਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਉਹਦੇ ਨਾਲ ਵੀ ਤੇਰਾ ਟਕਰਾਓ। ਕਾਲ ਪੁਰਖ ਕਾ ਮਰਦਾ ਮਾਨ, ਤਿਸ ਮੁੱਲਾਂ ਕੋ ਸਦਾ ਸਲਾਮ। ਰਾਤ ਆਪਾਂ ਇੱਥੋਂ ਤੱਕ ਪੁੱਜਾ। ਇਸ ਹੁਣ ਅੱਗੇ ਸਾਡੇ ਸਾਹਮਣੇ ਤਿੰਨ ਪਦੇ ਹੋਰ ਨੇ। ਮਨ ਨਾਲ ਤਾਂ ਲੜਾਈ ਹੋ ਗਈ, ਉਸ ਲੜਾਈ ਵਿੱਚ ਤੂੰ ਵੀ ਆਪਣੀ ਫੌਜ ਤਿਆਰ ਕਰਨੀ ਹੈ, ਤੂੰ ਨਾਲ ਲੜਨ ਲਈ। ਹੁਣ ਜ਼ਰੂਰੀ ਹੈ ਕਿ ਜਿਸ ਥਾਂ 'ਤੇ ਜਾ ਕੇ, ਜਿਸ ਰਾਜਧਾਨੀ ਵਿੱਚ ਜਾ ਕੇ, ਜਿਸ ਧਰਤੀ 'ਤੇ ਜਾ ਕੇ ਤੂੰ ਲੜਨਾ, ਉਹਦੇ ਨਕਸ਼ੇ ਤੁਸੀਂ ਅੱਜ ਵੀ ਫੌਜਾਂ ਵਿੱਚ ਦੇਖਦੇ ਹੋ। ਫੌਜਾਂ ਵਿੱਚ ਰਹਿ ਹੋਏ ਵੀਰ ਬੈਠੇ, ਜਿਹੜੇ ਪਾਸੇ ਹਮਲਾ ਕਰਨਾ ਹੁੰਦਾ ਨਾ, ਪਹਿਲਾਂ ਉੱਥੋਂ ਦੀਆਂ ਮਾਪ ਨਕਸ਼ੇ ਲਿਆਉਂਦੇ ਨੇ, ਪਤਾ ਵੀ ਨਕਸ਼ੇ ਲਿਆਉਂਦੇ ਨੇ। ਜਿੰਨਾ ਚਿਰ ਮੈਨੂੰ ਪਤਾ ਹੀ ਨਹੀਂ ਉੱਥੋਂ ਦੀ ਰਾਹ ਥੜੇ ਦਾ, ਮੈਂ ਉੱਥੇ ਜਾ ਕੇ ਕੀ ਲੜਾਂਗਾ? ਉਹ ਨਕਸ਼ਾ ਸਾਹਮਣੇ ਰੱਖ ਕੇ ਆਫੀਸਰ ਆਪਣੇ ਸਿਪਾਹੀਆਂ ਨੂੰ ਸਮਝਾਉਂਦੇ ਨੇ, ਲਓ ਇੱਥੋਂ ਇੱਥੋਂ ਤੁਸੀਂ ਹਮਲਾ ਕਰ ਸਕਦੇ ਹੋ, ਇੱਥੋਂ ਇੱਥੋਂ ਜਿੱਤ ਸਕਦੇ ਹੋ, ਜਿਹੜੀ ਰਾਜਧਾਨੀ ਵਿੱਚ ਜਿਸ ਧਰਤੀ 'ਤੇ ਜਾ ਕੇ ਤੁਸੀਂ ਲੜਨਾ, ਜਿੱਥੇ ਉਹਦਾ ਰਾਜ ਹੈ ਦੁਸ਼ਮਣ ਦਾ, ਤੁਹਾਨੂੰ ਉੱਥੋਂ ਦੀ ਵਾਕਫੀਅਤ ਹੋਣੀ ਚਾਹੀਦੀ ਹੈ। ਉੱਥੇ ਕੀ ਹੈ?
ਕਿੱਥੇ ਤੁਹਾਡੀ ਪਹੁੰਚ ਹੈ, ਕਿੱਥੋਂ ਤੁਹਾਨੂੰ ਅਸਲਾ ਮਿਲਣਾ, ਕਿੱਥੋਂ ਤੁਹਾਨੂੰ ਸ਼ਕਤੀ ਮਿਲਣੀ, ਉਹਨਾਂ ਦੇ ਖਜ਼ਾਨੇ ਕਿੱਥੇ ਕਿੱਥੇ ਨੇ ਉਸ ਧਰਤੀ ਵਿੱਚ, ਮੈਂ ਉਹ ਵੀ ਜਾਣ ਲਵਾਂਗਾ। ਤਮੰਨਾ ਲੜਨਾ ਤਮੰਨਾ ਤੇ ਮਨ ਬੈਠਾ ਹੈ ਤਣ ਤੇ ਕਾਇਆ ਤੇ ਰਾਜ ਕਰਦਾ ਸਿੰਘਾਸਨ ਤੇ ਬੈਠਾ। ਹੁਣ ਅਗਲਾ ਜਵਾਬ ਆ ਗਿਆ, ਅਗਲਾ ਪਦ ਆ ਗਿਆ, ਕਹਿਣ ਲੱਗੇ ਹੁਣ ਇਸ ਕਾਇਆ ਨੂੰ ਵੀ ਸਮਝਣਾ, ਜਿੱਥੇ ਜਾ ਕੇ ਮਨ ਨਾਲ ਲੜਨਾ ਤਨ ਨੂੰ ਸਮਝਣਾ। ਕਹਿਣ ਲੱਗੇ ਉੱਥੇ ਮਨ ਦੀ ਗੱਲ ਸੀ ਪਹਿਲੇ ਪਦ ਵਿੱਚ, ਇੱਥੇ ਹੁਣ ਕਾਇਆ ਦੀ ਗੱਲ ਆ ਗਈ, ਕਿਉਂਕਿ ਕਾਇਆ ਤਨ ਦੇ ਅੰਦਰ ਮਨਾ। ਗੁਰੂ ਨੇ ਬਾਣੀ ਵਿੱਚ ਕਹਿਤਾ, ਤਨ ਮੈਂ ਮਨੂਆ ਮਨ ਮੈਂ ਸਾਚਾ। ਸਾਚੇ ਤੱਕ ਪਹੁੰਚਣ ਲਈ ਤਨ ਦੀ ਵਾਕਫੀਅਤ ਵੀ ਤੇ ਮਨ ਦੀ ਵਾਕਫੀਅਤ ਦੋਵੇਂ ਚਾਹੀਦੀਆਂ ਨੇ। ਕਹਿਣ ਲੱਗੇ ਮਨ ਨਾਲ ਲੜਾਈ ਕਰਨ ਲਈ, ਮਨ ਨਾਲ ਦੋ ਹੱਥ ਕਰਨ ਲਈ ਪਹਿਲਾਂ ਜਿਸ ਤਨ ਤੇ ਜਿਸ ਕਾਇਆ ਤੇ ਮਨ ਕਾਬਜ਼ ਹੋ ਕੇ ਬੈਠਾ ਹੈ ਤੇ ਆਪਣੀ ਮੱਤ ਚਲਾ ਰਿਹਾ। ਹੁਣ ਤਨ ਜੋ ਕੁਝ ਵੀ ਕਰ ਰਿਹਾ ਉਹ ਮਨ ਮੱਤ ਅਨੁਸਾਰ ਆਪਣਾ ਹੁਕਮ ਚਲਾ ਰਿਹਾ। ਜੇ ਤੂੰ ਉਸ ਕਾਇਆ ਤੇ ਹਮਲਾ ਕਰਨਾ ਤਾਂ ਹੀ ਮਨ ਤੱਕ ਪਹੁੰਚਣਾ ਨਾ। ਤੇ ਜੇ ਕਾਇਆ ਵਿੱਚ ਪੈਰ ਧਰੇਗਾ, ਅੰਦਰ ਝਾਤੀ ਮਾਰੇਗਾ, ਤਾਂ ਤੈਨੂੰ ਨਕਸ਼ਿਆਂ ਦਾ ਪਤਾ ਹੋਣਾ ਚਾਹੀਦਾ ਉੱਥੇ ਕੀ ਹੈ। ਹੁਣ ਇੱਥੇ ਕਾਇਆ ਦਾ ਸੰਕੇਤ ਲੈ ਲਿਆ, ਉੱਥੇ ਮੁੱਲਾਂ ਦਾ ਸੰਕੇਤ ਸੀ, ਇੱਥੇ ਕਾਜ਼ੀ ਦਾ ਸੰਕੇਤ ਕਾਇਆ ਤੇ ਲੈ ਲਿਆ ਤੇ ਕਹਿਣ ਲੱਗੇ ਮੁੱਲਾ ਧਰਮ ਦੇ ਖੇਤਰ ਵਿੱਚ ਅਗਵਾਈ ਕਰਨ ਵਾਲਾ ਉਹ ਹੈ ਜਿਹੜਾ ਮਨ ਨਾਲ ਦੋ ਹੱਥ ਕਰਨ ਲਈ ਯੋਧਾ ਸੂਰਮਾ ਬਣ ਕੇ ਅੱਗੇ ਆਵੇ। ਕਾਜੀ ਉਹ ਜਿਹੜਾ ਕਾਇਆ ਦੇ ਨਕਸ਼ੇ, ਉਹਦੇ ਅੰਦਰ ਦੀ ਹਾਲਤ, ਉਹਦੇ ਅੰਦਰ ਦੇ ਜਿੰਨੇ ਖਜ਼ਾਨੇ ਨੇ ਉਹਨਾਂ ਨੂੰ ਜਾਣੇ। ਕਾਜੀ ਮੁੱਲਾ ਇਕੱਠੇ ਹੁੰਦੇ ਨੇ, ਗੁਰਬਾਣੀ ਵਿੱਚ ਵੀ ਆਖਿਆ ਕਾਜੀ ਮੁੱਲਾ ਇਕੱਠੇ ਹੋਏ। ਜੇ ਬਾਬੇ ਕੋਲੋਂ ਵੀ ਪੁੱਛਦੇ ਨੇ ਤਾਂ ਕਾਜ਼ੀ ਮੁੱਲਾ ਇਕੱਠੇ ਹੋ ਕੇ ਪੜ੍ਹਦੇ ਨੇ, ਪੁੱਛਦੇ ਨੇ। ਤਾਂ ਇੱਥੇ ਵੀ ਲਫ਼ਜ਼ ਪਹਿਲਾਂ ਮੁੱਲਾ ਆ ਗਿਆ, ਉਹਦਾ ਸੰਕੇਤ ਮਨ ਨਾਲ ਲੜਨ ਦਾ, ਮਨ ਨਾਲ ਦੋ ਹੱਥ ਕਰਨ ਦਾ ਲਿਆ। ਅਗਲਾ ਲਫ਼ਜ਼ ਕਾਜ਼ੀ ਆ ਗਿਆ, ਕਾਜ਼ੀ ਦਾ ਸੰਕੇਤ ਲੈ ਲਿਆ ਕਾਇਆ ਨੂੰ ਵਿਚਾਰਨ ਦਾ। ਕਹਿਣ ਲੱਗੇ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਕਾਜ਼ੀ ਕਾਇਆ ਨੂੰ ਦੀ ਵਿਚਾਰ ਕਰਨ ਵਾਲਾ ਇਹ ਸਮਝੇ, ਕਾਇਆ ਆਪਣੇ ਆਪ ਵਿੱਚ ਕੁਝ ਨਹੀਂ, ਇਹਦੇ ਅੰਦਰ ਕੋਈ ਅਗਨ ਭਾਵ ਜੋਤ ਜਲ ਰਹੀ ਹੈ। ਕਾਇਆ ਦੇ ਅੰਦਰ ਕੋਈ ਜੋਤ ਜਲ ਰਹੀ ਹੈ, ਜਿਸ ਦਿਨ ਉਹ ਜੋਤ ਉੱਡ ਜਾਂਦੀ ਹੈ ਕਾਇਆ ਕੁਝ ਵੀ ਨਹੀਂ ਹੁੰਦੀ। ਕਾਇਆ ਦੀ ਬੜੀ ਮਹਾਨਤਾ ਬਣਾ ਲਈ ਪਰ ਅੰਦਰ ਕੋਈ ਸ਼ਕਤੀ ਹੈ ਜਿਹਨੇ ਰਾਜ ਪੈਦਾ ਕੀਤਾ ਹੋਇਆ, ਉੱਥੇ ਕਾਇਆ ਨੂੰ ਸਭ ਕੁਝ ਸਮਝ ਲਿਆ। ਬਲਕਿ ਕਾਇਆ ਦਾ ਦੂਜਾ ਪੱਖ ਵੀ ਸਮਝਾ ਦਿੱਤਾ ਬਾਣੀ ਨੇ। ਕਹਿਣ ਲੱਗੇ ਕਾਇਆ ਬਿਗੂਤੀ ਬਹੁ ਵਿਦਵਾਤੀ ਕੋ ਜਾਰੇ ਕੋ ਗਾਡਲੇ ਮਾਟੇ। ਕਾਇਆ ਦੀ ਕੀ ਆਖੀਰ ਕੀ ਹੈ, ਕੋਈ ਇਹਨੂੰ ਜਲਾ ਦਿੰਦਾ, ਕੋਈ ਮਿੱਟੀ ਵਿੱਚ ਦਫਨਾ ਦਿੰਦਾ, ਕੋ ਜਾ ਰਹੇ ਕੋ ਗੱਡ ਲੈ ਪਾਤੀ। ਕਹਿਣ ਲੱਗੇ ਅਣਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਤਗੜ ਸੰਗ ਜਾਂਦੀ। ਇਹ ਹਾਰ ਜਾ ਰਹੇ ਜੈਸੇ ਲੱਕੜੀ ਕਾ ਤੂਲਾ ਕੇਸ ਜਰੇ ਜੈਸੇ ਘਾਸ ਕਾ ਪੂਰਾ। ਕਾਇਆ ਇਹੋ ਹੀ ਹੈ ਪਰ ਕਾਇਆ ਦੇ ਅੰਦਰ ਕੋਈ ਚੀਜ਼ ਹੈ।
ਸਮਝਾ ਰਹੇ ਨੇ ਵੀ ਕਾਦੀ ਵਿਚਾਰ ਕੀ ਕਰ ਇਹਨੂੰ ਕਾਇਆ ਦੇ ਦੋਵਾਂ ਹਿੱਸਿਆਂ ਦਾ ਪਤਾ ਹੋ ਦੋਵਾਂ ਪਹਿਲੂਆਂ ਨੂੰ ਜਾਣ ਜਾਏ ਕਿਉਂ ਕਿਉਂਕਿ ਦੋਨੋਂ ਪੱਖ ਦੇਖਣੇ ਨੇ ਜਦੋਂ ਕੋਈ ਲੜਾਈ ਕਰਨ ਵਾਸਤੇ ਸੂਰਮਾ ਯੋਧਾ ਸਿਪਾਹੀ ਕੋਈ ਪਲਟਨ ਕੋਈ ਮਿਲਟਰੀ ਦੂਜੇ 'ਤੇ ਹਮਲਾ ਕਰਦੀ ਉਹਨੇ ਦੋਨੋਂ ਪੱਖ ਜਾਣਨੇ ਹੁੰਦੇ ਨੇ ਕਿ ਇਹਨਾਂ ਦਾ ਮੁਹਾਜ ਕਮਜ਼ੋਰ ਕਿੱਥੇ ਅਤੇ ਸ਼ਕਤੀ ਕਿੱਥੇ ਦੋਵਾਂ ਚੀਜ਼ਾਂ ਨੂੰ ਜਾਣਦਾ ਜ਼ਰੂਰੀ ਹੁਣ ਕਹਿੰਦੇ ਨੇ ਕਾਇਆ ਦਾ ਕਮਜ਼ੋਰ ਪੱਖ ਹੈ ਕਿ ਉਹ ਮਿੱਟੀ ਹੈ ਕਮਜ਼ੋਰ ਪੱਖ ਕਬੀਰਾ ਦੂਰ ਸਕੇਲ ਕੇ ਪੁਰੀਆ ਬਾਂਧੀ ਦੇ ਮਿੱਟੀ ਤੋਂ ਪੈਦਾ ਹੋਈ ਆਖਰ ਵੀ ਮਿੱਟੀ ਹੈ ਇਹ ਹੁੰਦਾ ਕਮਜ਼ੋਰ ਪੱਖ ਬਿੰਦ ਤੇ ਜਿਹਨੇ ਪਿੰਡ ਕੀਆ ਅਗਨ ਕੁੰਡ ਰਹਾਇਆ ਇਹਦਾ ਕਮਜ਼ੋਰ ਪੱਖ ਤੇ ਇਹਦਾ ਵੱਡਾ ਚੰਗਾ ਪੱਖ ਕਿਹੜਾ ਕਿਉਂਕਿ ਇਸ ਕਾਇਆ ਅੰਦਰ ਸਾਰਾ ਕਰਮ ਹੈ ਤੇ ਕਰਮ ਖਜ਼ਾਨਾ ਹੈ ਕਰਮੀ ਆਪੋ ਆਪਣੀ ਰਾਤਰੀ ਤੋਂ ਕਹਿ ਕੇ ਜਿਹੜੇ ਕਿ ਜ਼ਰੂਰ ਜੇ ਕਾਇਆ ਨਹੀਂ ਤੇ ਕਰਮੀ ਨਹੀਂ ਗੁਰੂ ਨੇ ਪਾਣੀ ਵਿੱਚ ਹਰ ਗੱਲ ਦਾ ਜਵਾਬ ਦਿੱਤਾ ਕਹਿੰਦੇ ਨੇ ਕਰਮ ਧਰਤੀ ਸਰੀਰ ਕਲਯੁੱਗ ਵਿੱਚ ਰਿਹਾ ਕੋ ਬੀਜੇ ਤੇ ਹਾ ਕੋ ਇਹ ਸਰੀਰ ਜਿਹੜਾ ਇਹ ਕਰਮ ਧਰਤੀ ਹੈ ਤੇ ਕਰਮ ਹੀ ਮਨੁੱਖ ਨੂੰ ਦੇਵਤਾ ਬਣਾਉਂਦੇ ਨੇ ਕਰਮ ਹੀ ਰਾਕਸ਼ਸ ਬਣਾਉਂਦੇ ਨੇ ਕਰਮ ਹੀ ਮਹਾਨ ਨੇ ਕਰਮਾਂ ਦਾ ਭੱਜਿਆ ਹੋਇਆ ਹੀ ਮਨੁੱਖ ਸ਼ਕਤੀਸ਼ਾਲੀ ਹੈ ਜਕਮ ਦਾ ਤੇ ਕਹਿੰਦੇ ਨੇ ਉਹ ਕਰਮ ਵੀ ਤਾਂ ਸਰੀਰ ਵਿੱਚ ਨੇ ਜੇ ਸਰੀਰ ਨਾ ਹੋਵੇ ਤੂੰ ਕੋਈ ਕਰਮ ਵੀ ਨਹੀਂ ਕਰ ਸਕੇਗਾ ਨਾ ਸੇਵਾ ਕਰ ਸਕੇਗਾ ਨਾ ਚੋਰੀ ਕਰ ਸਕੇਗਾ ਇਸ ਲਈ ਕਾਇਆ ਇੱਕ ਉਹ ਰਾਜਧਾਨੀ ਹੈ ਕਾਇਆ ਇੱਕ ਉਹ ਧਰਤੀ ਹੈ ਜਿਹਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਉਹਦੇ ਉੱਤੇ ਰਾਜ ਆਪਣਾ ਕਰਮ ਕਰਨ ਤੋਂ ਪਹਿਲਾਂ ਇੱਕ ਖਿਆਲ ਕਰੀ ਉਹਦੇ ਦੋਵੇਂ ਪੱਖ ਜਾਣ ਲਈ ਇਹਦਾ ਮਜ਼ਬੂਤ ਪੱਖ ਕਿਹੜਾ ਹੈ ਕਮਜ਼ੋਰ ਪੱਖ ਕਿਹੜਾ ਜੋ ਕਾਇਆ ਵਿਚਾਰੇ ਕਹਿੰਦੇ ਨੇ ਇੱਕ ਵੱਡਾ ਪੱਖ ਇਹ ਹੈ ਕਾਇਆ ਕੀ ਅਗਨ ਇਹਦੇ ਅੰਦਰ ਕੋਈ ਜੋਤ ਜਗ ਰਹੀ ਹੈ ਕੋਈ ਲਾਟ ਬਲ ਰਹੀ ਹੈ ਹੁਣ ਉਸ ਲਾਟ ਵਿੱਚ ਬ੍ਰਹਮ ਹੈ ਭਾਵ ਪਰ ਉਪਰ ਨੇ ਬਾਣੀ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਤੇ ਅਗਲੀ ਲਾਈਨ ਨੂੰ ਫਿਰ ਪੜ੍ਹਿਓ ਕਹਿੰਦੇ ਨੇ ਗੁਰ ਸਾਖੀ ਜੋਤ ਪ੍ਰਗਟ ਹੋਏ ਕਹਿਣ ਲੱਗੇ ਉਹ ਬ੍ਰਹਮ ਜਿਹੜਾ ਰੋਸ਼ਨੀ ਹੈ ਉਹ ਬ੍ਰਹਮ ਜਿਹੜਾ ਚਾਨਣ ਹੈ ਜਿਹੜਾ ਕੇਵਲ ਚਾਨਣ ਹੈ ਉਸ ਜੋਤ ਵਿੱਚੋਂ ਪ੍ਰਗਟ ਹੋਣਾ ਜੀ ਜੋਤ ਤੇਰੇ ਅੰਦਰ ਬਲ ਰਹੀ ਹੈ ਉਹਦੇ ਵਿੱਚੋਂ ਹੀ ਉਸ ਬ੍ਰਹਮ ਨੇ ਪ੍ਰਗਟ ਹੋਣਾ ਤੂੰ ਬਾਹਰ ਭਾਲ ਰਿਹਾ ਕਹਿਣ ਲੱਗੀ ਬੜੇ ਵਿਚਾਰ ਨਾਲ ਤੰਬਲ ਮਜਾਜ਼ੀ ਨਾਲ ਸਮਝਣ ਵਾਲਾ ਹੈ ਕਿਉਂਕਿ ਗੁਰੂ ਨੇ ਸੰਸਾਰ ਦੀ ਕਿਰਿਆ ਨੂੰ ਸਮਝਾਇਆ ਪਰ ਦੇਖਣਾ ਉਸ ਬਚਿੱਤਰ ਨਾਟਕ ਜਿਹਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਸਾਡੀ ਗੱਲ ਪਾਇਆ ਜਾ ਰਿਹਾ ਉਹਦੀ ਸ਼ਬਦਾਵਲੀ ਅਤੇ ਸਮਝਾਉਣ ਦਾ ਤਰੀਕਾ ਕਹਿੰਦੇ ਹੁਣ ਜੀ ਸਮਝਾਉਣ ਵਾਸਤੇ ਉਹਦੇ ਸਮਝਾਉਣ ਦਾ ਤਰੀਕਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮਝਾਉਣ ਦਾ ਤਰੀਕਾ ਮੈਂ ਤੁਹਾਡੇ ਸਾਹਮਣੇ ਕੁਦਰਤੀ ਸ਼ਬਦ ਆਇਆ ਇਹ ਰੱਖਣਾ ਚਾਹੁੰਦਾ ਅਗਲਾ ਲਫ਼ਜ਼ ਕੀ ਹੈ ਸੁਪਨੇ ਬਿੰਦ ਨਾ ਦੇ ਝਰਨਾ ਕਿਉਂਕਿ ਕਾਮ ਜਿਹੜਾ ਉਹਦੇ ਨਾਲ ਸੰਬੰਧ ਬਿੰਦਦਾ ਕਾਮ ਸੰਸਾਰ ਦੀ ਪੈਦਾਇਸ਼ ਦਾ ਸਾਧਨ ਹੈ ਨਿਰੰਕਾਰ ਦੀ ਪੈਦਾਇਸ਼ ਦਾ ਬਿਲਕੁਲ ਨਹੀਂ ਨਿਰੰਕਾਰ ਨੂੰ ਪ੍ਰਗਟ ਕਰਨਾ ਹੋਵੇ ਕਾਮ ਵਿੱਚੋਂ ਨਹੀਂ ਪੈਦਾ ਹੁੰਦਾ ਉਹ ਨਾਮ ਵਿੱਚੋਂ ਪੈਦਾ ਹੁੰਦਾ ਹੈ ਨਾਮ ਤੇ ਕਾਮ ਵਿੱਚ ਇੱਕ ਅੰਤਰ ਹੈ ਤੇ ਕਾਮ ਦਾ ਸੰਬੰਧ ਬਿੰਦ ਨਾਲ ਹੈ ਹੁਣ ਲਫ਼ਜ਼ ਬਿੰਦ ਦੇ ਉੱਤੇ ਆ ਕੇ ਸਾਰੀ ਸ੍ਰਿਸ਼ਟੀ ਦੀ ਕਰਤੇ ਸਿਰਜਣਾ ਦਾ ਇੱਕ ਸਾਧਨ ਦੱਸ ਦਿੱਤਾ ਲਫ਼ਜ਼ ਇੱਕ ਵਰਤਿਆ
ਪਰ ਹੁਣ ਜਾਓ ਬਚਿੱਤਰ ਨਾਟਕ ਵੱਲ, ਉਹ ਸੰਸਾਰ ਅਤੇ ਕਾਮ ਵਾਸ਼ਨਾ ਨੂੰ ਸਮਝਾਉਣ ਲਈ ਕੱਢੀਆਂ ਲੰਬੀਆਂ ਲੰਬੀਆਂ ਕਹਾਣੀਆਂ ਜਿਹੜੀਆਂ ਪੜ੍ਹੀਆਂ ਨਹੀਂ ਜਾ ਸਕਦੀਆਂ, ਸੁਣੀਆਂ ਨਹੀਂ ਜਾ ਸਕਦੀਆਂ। ਹੁਣ ਇੱਥੇ ਲਫ਼ਜ਼ ਕਿੰਨਾ ਸੰਖੇਪ ਹੈ ਸਮਝਾਉਣ ਲਈ। ਸੰਸਾਰ ਦੀ ਉਹਦਾ ਜ਼ਿਕਰ ਹੈ, ਪਰ ਇੱਕ ਲਫ਼ਜ਼ ਵਿੱਚ ਕਹਿਣ ਲੱਗੇ ਬਿੰਦ ਤੋਂ ਇਹ ਪਿੰਡ ਬਣ ਗਿਆ, ਸਰੀਰ ਬਣ ਗਿਆ। ਬਿੰਦ ਤੇ ਜਿਨ ਪਿੰਡ ਕੀ ਆ, ਹੋਰ ਖਿਲਾਰਾ ਖੋਲਿਆ ਤੇ ਫਿਰ ਵੀ ਲਫ਼ਜ਼ ਵਾਧੂ ਨਹੀਂ ਵਰਤੇ। ਕਹਿਣ ਲੱਗੇ ਮਾਂ ਕੀ ਰਕਤ, ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮੈਂ ਸਾਰੀਆਂ ਲਾਈਨਾਂ ਇਸ ਲਈ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਉਹ ਲੋਕ ਜਿਹੜੇ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਸ਼ਲੀਲਤਾ ਹੈ। ਲਓ ਸੰਗਤ, ਮਾਵਾਂ, ਭੈਣਾਂ, ਬੱਚੀਆਂ, ਵੀਰ ਸਾਰੇ ਬੈਠੇ ਨੇ, ਕਿਸੇ ਨੂੰ ਇਸ ਵਿੱਚ ਅਸ਼ਲੀਲਤਾ ਨਜ਼ਰ ਆਉਂਦੀ? ਗੁਰਮਤ ਲੌਜਿਕ ਢੰਗ ਸਮਝਾਉਂਦਾ, ਕਹਿੰਦੇ ਨੇ ਆ ਭਲਿਆ ਕਾਜੀ ਤੈਨੂੰ ਪਤਾ ਹੋਵੇ ਤੂੰ ਮਨ ਨਾਲ ਲੜਾਈ ਕਰਨੀ ਹੈ, ਉਹਦੇ ਕੋਲੋਂ ਰਾਜ ਖੋਣਾ ਹੈ। ਇਹਦਾ ਇੱਕ ਪੱਖ ਹੈ, ਇਹਦੇ ਅੰਦਰ ਸੰਸਾਰ ਵੀ ਹੈ। ਕਾਇਆ, ਹੁਣ ਗੱਲ ਕਾਇਆ ਦੀ ਚੱਲਦੀ, ਵਿਚਾਰ ਚੱਲ ਰਹੀ ਹੈ, ਇਹਦੇ ਅੰਦਰ ਸੰਸਾਰ ਵੀ ਹੈ, ਇਹਦੇ ਅੰਦਰ ਨਿਰੰਕਾਰ ਵੀ ਹੈ, ਦੋਨੋਂ ਚੀਜ਼ਾਂ ਨੇ। ਇਹਦਾ ਕਮਜ਼ੋਰ ਪੱਖ ਵੀ ਹੈ, ਇਹਦਾ ਸ਼ਕਤੀਸ਼ਾਲੀ ਪੱਖ ਵੀ ਹੈ। ਇਸ ਲਈ ਇਹਨੂੰ ਵਿਚਾਰ ਲੈ। ਉਹਦਾ ਤਰੀਕਾ ਇਹ ਹੈ ਕਿ ਤੂੰ ਆਪਣੇ ਜੀਵਨ ਨੂੰ ਕਾਮ ਵੱਲ ਭਾਵ ਸੰਸਾਰ ਵੱਲ ਨਹੀਂ ਜੋੜਨਾ। ਇੱਕ ਲਫ਼ਜ਼ ਵਿੱਚ ਸੰਸਾਰ ਲੈ ਆਉਂਦਾ, ਸੰਸਾਰ ਨਾਲ ਨਹੀਂ ਜੋੜਨਾ, ਨਿਰੰਕਾਰ ਨਾਲ ਜੋੜਨਾ। ਰਹਿਣਾ ਸੰਸਾਰ ਵਿੱਚ ਹੈ ਪਰ ਜੁੜਨਾ ਨਿਰੰਕਾਰ ਵਿੱਚ। ਇੱਕ ਥਾਂ ਤੇ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬੜੀਆਂ ਐਗਜ਼ਾਮਪਲਾਂ ਨੇ ਇਸ ਤਰ੍ਹਾਂ। ਗੁਰੂ ਕਹਿੰਦੇ ਨੇ ਬਾਣੀ ਅੰਦਰ ਬਾਰ ਬਾਰ ਕਿ ਕਵਲ ਫੁੱਲ ਧਰਤੀ ਤੇ ਰਹਿੰਦਾ, ਪਾਣੀ ਵਿੱਚ ਰਹਿੰਦਾ, ਪਰ ਪਾਣੀ ਤੋਂ ਉੱਚਾ ਰਹਿੰਦਾ, ਪਾਣੀ ਨਾਲ ਉਹਦਾ ਸੰਬੰਧ ਕੋਈ ਨਹੀਂ, ਤੇ ਸੰਬੰਧ ਉਹਦਾ ਸੂਰਜ ਨਾਲ ਹੈ। ਸੂਰਜ ਆਕਾਸ਼ ਤੇ ਰਹਿੰਦਾ, ਉਹ ਪਤਾ ਨੀਵੀ ਥਾਂ ਤੇ ਰਹਿੰਦਾ। ਰਹਿਣਾ ਪਾਣੀ ਵਿੱਚ ਹੈ, ਜੁੜਨਾ ਆਕਾਸ਼ ਦੇ ਸੂਰਜ ਨਾਲ ਹੈ। ਇੱਕ ਐਗਜ਼ਾਮਪਲ ਹੈ, ਸੰਕੇਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਕਹਿਣ ਲੱਗੇ ਇਸੇ ਤਰ੍ਹਾਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੂੰ ਸੁਪਨੇ ਵਿੱਚ ਵੀ ਸੰਸਾਰ ਨਾਲ ਆਪਣੇ ਆਪ ਨੂੰ ਖਚਿਤ ਨਹੀਂ ਕਰਨਾ। ਇੱਥੇ ਇੱਕ ਬਿੰਦ ਲਫ਼ਜ਼ ਤੋਂ ਪੂਰਾ ਸੰਸਾਰ ਦਾ ਪ੍ਰਕਿਰਤੀ ਦਿਖਾ ਦਿੱਤੀ, ਇੱਕ ਲਫ਼ਜ਼ ਵਰਤ ਕੇ। ਕਹਿਣ ਲੱਗੇ ਜੇ ਤੂੰ ਸੰਸਾਰ ਵਿੱਚ ਖਚਤ ਨਹੀਂ ਹੋਵੇਗਾ, ਤੈਨੂੰ ਪਤਾ ਹੋਵੇ ਜਿੰਨਾ ਜਰਾ ਤੇ ਮੌਤ, ਜਰਾ ਕਹਿੰਦੇ ਨੇ ਬੁਢੇਪੇ ਨੂੰ, ਮੌਤ ਮਰਨ, ਜਿਹੜਾ ਜਰਾ ਬੁਢੇਪਾ ਮੌਤ ਰੋਗ ਜਿੰਨੇ ਦੁੱਖ ਨੇ ਉਹ ਸਾਰੇ ਸੰਸਾਰ ਦੇ ਨੇ, ਨਿਰੰਕਾਰ ਦੇ ਨੇ। ਜੇ ਤੂੰ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਇੱਕ ਹੋ ਜਾਏਗਾ, ਉਹਦੇ ਨਾਲ ਜੁੜ ਜਾਏਗਾ, ਨਾ ਉੱਥੇ ਮੌਤ ਹੈ ਨਾ ਉੱਥੇ ਬੁਢੇਪਾ ਹੈ। ਅਸੀਂ ਰੋਜ਼ ਤਾਂ ਪੜ੍ਹ ਰਹੇ ਹਾਂ ਗੁਰਮੁਖ ਬੁੱਢੇ ਕਦੇ ਨਾ ਹੈ, ਜਿਹਨਾਂ ਅੰਦਰ ਸੁਰਤ ਗਿਆ ਉੱਥੇ ਬੁਢੇਪਾ ਵੀ ਨਹੀਂ, ਉੱਥੇ ਮੌਤ ਵੀ ਨਹੀਂ। ਗੁਰੂ ਇਹੋ ਹੀ ਗੱਲ ਬਾਬਾ ਕਬੀਰ ਜੀ ਦੋ ਲਫ਼ਜ਼ਾਂ ਵਿੱਚ ਕਹਿ ਰਹੇ ਨੇ, ਜੇ ਤੂੰ ਕਾਇਆ ਦੇ ਇਹ ਦੋਨੋਂ ਪੱਖ ਸਮਝ ਲੈ ਵੀ ਇਹਦੇ ਚ ਨਿਰ ਸੰਸਾਰ ਦਾ ਪੱਖ ਕੀ ਹੈ, ਕਮਜ਼ੋਰ ਪੱਖ ਕਿਹੜਾ, ਅਤੇ ਇਹਦੇ ਵਿੱਚ ਨਿਰੰਕਾਰ ਦਾ ਪੱਖ ਕਿਹੜਾ ਹੈ, ਸ਼ਕਤੀਸ਼ਾਲੀ ਪੱਖ ਕਿਹੜਾ ਹੈ। ਉਹ ਜੋਤ ਵੀ ਅੰਦਰ ਚੱਲ ਰਹੀ, ਸੰਸਾਰ ਦੇ ਜਿਹੜੇ ਵਿਕਾਰ ਨੇ ਉਹ ਵੀ ਅੰਦਰ ਨੇ, ਉਹਨਾਂ ਵਿੱਚੋਂ ਤੂੰ ਮਨ ਨੂੰ ਕੰਟਰੋਲ ਕਰਕੇ ਆਪਣੇ ਆਪ ਨੂੰ ਕਿਵੇਂ ਮਜ਼ਬੂਤ ਕਰ ਲੈ, ਜੇ ਕਰ ਲੈ
ਤਾਂ ਨਾ ਤੇਰੇ ਤੇ ਬੁਢੇਪਾ ਹੈ, ਆਤਮਾ ਤਾਂ ਬੁੱਢੀ ਹੁੰਦੀ ਨਹੀਂ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉੱਥੇ ਬੁਢੇਪਾ ਹੈ ਨਾ ਉੱਥੇ ਮੌਤ ਹੈ, ਇਸ ਕਾਜੀ ਕੋ ਜਰਾ ਨਾ ਮਰਨਾ। ਹੁਣ ਆਓ ਕਿ ਲੜਨਾ ਕਿਵੇਂ ਹੈ, ਧਰਤੀ ਵੀ ਸੰਭਾਲ ਲਈ, ਸਮਝ ਲਈ ਕਾ ਜਿਹੜੀ ਕਾਇਆ ਇੱਕ ਧਰਤੀ ਹੈ, ਜਿੱਥੇ ਜਾ ਕੇ ਮਨ ਬੈਠਾ ਰਾਜ ਕਰ ਰਿਹਾ, ਉਹਦੇ ਕੋਲੋਂ ਰਾਜ ਲਈ ਦੋ ਹੱਥ ਕਰਨ ਵਾਸਤੇ ਧਰਤੀ ਨੂੰ ਵੀ ਸਮਝ ਲਿਆ, ਇਹਦਾ ਕਮਜ਼ੋਰ ਪੱਖ ਕਿਹੜਾ ਹੈ, ਇਹਦਾ ਸ਼ਕਤੀਸ਼ਾਲੀ ਕਿਹੜਾ ਪੱਖ ਹੈ, ਹੁਣ ਉਹਦੇ ਨਾਲ ਲੜਨਾ ਹੈ ਕਿਉਂਕਿ ਉਹ ਰਾਜਾ ਹੈ। ਇਸ ਲਈ ਕੋਈ ਰਾਜਾ ਹੀ ਰਾਜੇ ਨਾਲ ਦੋ ਹੱਥ ਕਰੇਗਾ? ਅਤੇ ਕਹਿਣ ਲੱਗੇ, ਆ ਮੈਂ ਤੈਨੂੰ ਇਹ ਵੀ ਸਮਝਾਉਣਾ ਚਾਹੁੰਦਾ ਕਿ ਮੇਰੀ ਨਿਗਾਹ ਵਿੱਚ ਰਾਜਾ ਕਿਹੜਾ ਹੈ ਜਿਹੜਾ ਮਨ ਨਾਲ ਲੜ ਸਕਦਾ ਹੈ। ਹੁਣ ਉਹਦੀ ਪਰਿਭਾਸ਼ਾ ਸ਼ੁਰੂ ਹੋ ਗਈ, ਕਹਿਣ ਲੱਗੀ ਸੋ ਸੁਲਤਾਨ, ਸੁਲਤਾਨ ਦਾ ਅਰਥ ਹੈ ਸੁਲਤਾਨ, ਲਫ਼ਜ਼ ਨੂੰ ਸੁਲਤਾਨ ਬਣਿਆ, ਸੁਲਤਾਨ ਕਹਿੰਦੇ ਨੇ ਬਾਦਸ਼ਾਹ ਨੂੰ, ਰਾਜੇ ਨੂੰ। ਸ਼ਬਦਾਵਲੀ ਵਿੱਚ ਸਪੈਲਿੰਗ ਵਿੱਚ ਵੀ ਫਰਕ ਹੈ, ਉੱਥੇ ਹੈ ਸੁਲਤਾਨ, ਸੁਲਤਾਨ ਰਾਜਾ, ਇੱਥੇ ਹੈ ਸਰ, ਸਰ ਦਾ ਅਰਥ ਹੁੰਦਾ ਤੀਰ, ਤੀਰ ਜਦੋਂ ਲੜਾਈ ਦੇ ਮੈਦਾਨ ਵਿੱਚ ਜਾਣਾ ਹੈ ਉਦੋਂ ਤੀਰ, ਤੀਰ ਤਲਵਾਰ ਲੈ ਕੇ, ਸ਼ਸਤਰ ਲੈ ਕੇ ਜਾਣਾ। ਬਾਬਾ ਕਬੀਰ ਜੀ ਦੇ ਦੂਜੇ ਸ਼ਬਦ ਵਿੱਚ ਵੀ ਇਹੋ ਜਿਹੇ ਸ਼ਸਤਰਾਂ ਦਾ ਜ਼ਿਕਰ ਹੈ, ਉੱਥੇ ਕਹਿੰਦੇ ਨੇ ਸਾਥੀ ਨੇ ਬੈਠਾ ਸੀ ਨਾ ਮਨ, ਉਹ ਮੈਂ ਸੱਤ ਸੰਤੋਖ ਨਾਲ ਤੋੜ ਦਿੱਤੇ। ਸੱਤ ਸੰਤੋਖ ਲੈ ਲੜਨੇ ਲੱਗਾ ਤੋੜੇ ਦੋਇ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜੇ ਉਹ ਗੜ ਕੋ ਰਾਜਾ। ਮਨ ਨਾਲ ਲੜਾਈ ਫਤਿਹ ਕਿਵੇਂ ਹੁੰਦੀ? ਕਹਿਣ ਲੱਗੇ ਸੋ ਸੁਲਤਾਨ ਜੋ ਦੋਏ ਸਰ ਤਾਨੇ, ਇੱਥੇ ਸਰ ਜਿਹੜਾ ਦੋ ਤੀਰ ਚਲਾਵੇ, ਸੱਤ ਸੰਤੋਖ ਦੇ, ਚੌਲ ਵੈਰਾਗ ਦੇ, ਗਿਆਨ ਵੈਰਾਗ ਦੇ, ਜਿਹਦੇ ਕੋਲ ਦੋ ਤੀਰ ਹੋਣ ਅਤੇ ਦੋਨੋਂ ਤੀਰ ਸ਼ਕਤੀਸ਼ਾਲੀ ਹੋਣ ਉਹ ਮਨ 'ਤੇ ਕਬਜ਼ਾ ਕਰ ਸਕਦਾ, ਜਿਹਦੇ ਕੋਲ ਗਿਆਨ ਨਹੀਂ ਉਹ ਵੀ ਨਹੀਂ, ਜਿਹਦੇ ਕੋਲ ਵੈਰਾਗ ਨਹੀਂ ਉਹ ਵੀ ਨਹੀਂ, ਜਿਹਦੇ ਕੋਲ ਚਾਵਲ ਨਹੀਂ ਉਹ ਵੀ ਨਹੀਂ। ਕਹਿਣ ਲੱਗੇ ਦੋਵੇਂ ਸਰ ਤਾਨੇ, ਮੈਂ ਸੁਲਤਾਨ, ਉਸ ਅੰਦਰ ਬੈਠੇ ਹੋਏ ਮਨ ਰਾਜੇ ਨੂੰ ਕਾਬੂ ਕਰਨ ਵਾਲੇ, ਬੰਧਨ ਵਾਲੇ ਸੁਲਤਾਨ ਰਾਜੇ ਦਾ ਜ਼ਿਕਰ ਕਰ ਰਹੇ ਹਾਂ। ਸੋ ਸੁਲਤਾਨ ਜੋ ਦੋਏ ਸਰ ਤਾਨੇ, ਬਾਹਰ ਜਾਤਾ ਬੈਠੇ ਰਾਜੇ ਨੂੰ ਭੱਜਣ ਨਹੀਂ ਦਿੰਦਾ, ਭਟਕਦਾ ਭੱਜਦਾ, ਮਨ ਭੱਜਦਾ ਨਾ ਉੱਥੋਂ ਦੌੜ, ਫਿਰ ਉਹਨੂੰ ਬੰਨ ਕੇ ਘਰ ਲਿਆਉਂਦਾ, ਕਹਿੰਦਾ ਨਹੀਂ ਤੇਰੀ ਮੈਨੂੰ ਲੋੜ ਹੈ, ਜੇ ਮਨ ਨਾ ਹੋਵੇ ਮਨ ਨੂੰ ਕੁਝ ਵੀ ਨਹੀਂ ਕਰ ਸਕਦਾ। ਸਿਰਫ ਉਹਨੂੰ ਮਨ ਮਤ ਨਹੀਂ ਕਰਨ ਦੇਣੀ, ਉਹਨੂੰ ਗੁਰੂ ਦੀ ਮਤ ਵਿੱਚ ਬੰਨ ਕੇ ਰੱਖਣਾ, ਫਰਕ ਤੇ ਨਹੀਂ ਹੈ, ਜੇ ਮਨ ਹੀ ਨਾ ਰਿਹਾ ਫਿਰ ਵੀ ਕੋਈ ਕੰਮ ਨਹੀਂ ਹੋਣਾ।
बाबा कबीर जी ने कहता, कहने लगे मन ही मन को कह कबीरा मन सा मिलया न कोई। बड़ी बड़ी शक्ति है, इन्हू गुण थोड़ा सिर्फ इन्हू कंट्रोल करना, ये राजा ना रहे प्रजा बन के है। कहने लगे उनके नाल लड़ाई वास्ते गगन मंडल में लश्कर कर, गगन मंडल सुरती दा उचेरा विश्वास, उनके विच गुणा दा लश्कर बहुत बड़ा काफला बना लै, बहुत सारे गुण तेरे को पैदा हो जाने। ते जे तेरे को गुणा दा बहुत वड्डा लश्कर बड़ी वड्डी मिलिट्री ताकत पैदा हो जाए ते तू दोए सर भी तान सकते। जे तू इस धरती का अंदरली जिहड़ी काया दी धरती है इहदे कमजोर पक्ष ते शक्तिशाली पक्ष भी पछाण लै, फिर विश्वास कर तू इस मन राजे नू खत्म करके उत्थे आप अपना राज कर सकना है। जीव जीव नू खत्म कर रहे हैं ते कहिंदे सिर छतर टिक गया, उन्हें मन नू कंट्रोल कर लिया, हुण मन उनके अधीन हो गया, हुण मन मत नहीं चलती, उत्थे गुरमत चलती है, गुरु उपदेश काल से होता है। इत्थे जाके अगले पासे देखना है, हुण इन्ना कुछ होने तो बाद रब मिल गया, क्योंकि कई कीता तो सब कुछ प्रभु दे मिलाप लई है ना, किंबिद पावो प्राण पति मिल गए। कह लगे इतने एक होर परेशानी हो गई, हम मैं वो समझाना चाहता, क्योंकि असी रब नूं सारिआं विच नहीं वेख रहे भी वह सब मैं जोत जोत है सोए, यह कंसैप्ट अजे साडे विच विश्वास वाला नहीं। जे ये विश्वास वाला होंदा तो मुसलमान नूं पता होंदा हिंदू विच भी उही जोत है, मुसलमान विच भी उही जोत है, सिख विच भी उही जोत, पर यह नहीं हो रहा। योगी जति अपने रब बनाई फिर, हिंदू अपना भगवान बनाई फिर, मुसलमान अपना अल्लाह बनाई, हर किसी दूजे का कोई नाम भी नहीं लेना चाहता। भाई गुरदास जी ने एवं नहीं कहता कि राम रहीम कहाए दे एक नाम दोए राह भुलाए, एक ने जे राम आख्या दूजे ने आख्या मैं राम नहीं कहना फिर तो मैं मुसलम फिर तो मैं हिंदू हो गया, उन्हें हाहा पा दे थोड़े जो वक्रा पल जरूर करना ताकि इनका रब तो मेरा रब वक्रा हो जाए। जे इनका राम है तो मेरे रब का नाम रहीम है, राम रहीम कहां दे एक नाम दोहरा पुराने। हम इतने बाबा कबीर जी ने आखिरी पद अंदर बड़ा खूबसूरत फैसला किया, कहने लगे जोगी गोरख गोरख कह, भाषणा गोरख नहीं करता रब, वो ही हिंदू राम का नाम लैंदा उनका रब वो भगवान, वो ही मुसलमान जेड़ा वो कहना मेरा एक खुदा है, वो उनका अल्लाह का नाम ही लैंदा दूजे का नाम ले। पर केड़ी अजीब गल है, कहन लगे मैं देखना ये हाँ भावें कोई राम कहन वाला है, भावें कोई अल्लाह कहने वाला है, भावें कोई गोरख कहने वाला है, ये मेरे रब ने पैदा किए ने। ये ख्याल करो जदों मनुख पैदा होंदा उनके मत्थे ते नाम मुसलमान लिखा होंदा, भावें मुसलमान दे घर पैदा हो गए, ना उनके मत्थे ते हिंदू लिखा होंदा, ना उनके मत्थे ते सिख लिखा होंदा, ना जोगी लिखा होंदा, ये सब कुछ तो मनुख संसार विच आके बनता है, ये सारिया निशानियां तो वह आप कायम करता है। अज सिख वाहगुरु वाहगुरु की थान से अल्लाह अल्लाह कह लग पे गुरुद्वारे पढ़ दे, मुसलमान इतने स्टेज पर अल्लाह अल्लाह क्यों कहते हैं, हालांकि गुरबाणी आखिरी आई अव्वल अल्लाह गुरु पाया कुदरत के सब बंदे, पर मनुख ने कुछ बदल दिता। बाबा कबीर कहने लगे इन्ना कुछ होने के बावजूद भी रब नहीं मिलिया, उनका कारण सिर्फ अज मनुख का भुलेखा यह है कि मनुख उस रब न सर्व व्यापक नहीं समझ रहा, हर कोई प्रभु नहीं देख रहा। कहन लगे मेरे कोलों कोई पूछे, बाबा कबीर कहने मेरे कोलों कोई पूछे
ਤਾਂ ਮੈਂ ਕੀ ਸਮਝਣਾ। ਫਿਰ ਉਹ ਕਹਿੰਦਾ ਰੱਬ ਮੈਨੂੰ ਕਹਿੰਦਾ ਹੁਣ ਕਬੀਰ ਜੀ ਦਾ ਫੈਸਲਾ ਹੈ ਆਖਰੀ ਤੇ ਕਹਿੰਦੇ ਨੇ ਸਮੇਂ ਦੀ ਪਾਬੰਦੀ ਵਿੱਚ ਕੋਸ਼ਿਸ਼ ਕਰਨਾ ਕਿ ਸਮਾਪਤ ਹੁੰਦੀ ਜਾਏ। ਇਹਨਾਂ ਸ਼ਬਦਾਂ ਦਾ ਰੁਕਮਾਂ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਮ ਕਰੀ ਮਹਲਾ ਤੀਜਾ ਆਨੰਦ ਕਿਉਂ ਕਰ ਸਭ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤ ਚਰਨ ਲਾਗੇ ਵਾਜੇ ਹਲ ਸਤੂਰੇ ਸੁਣਦੇ ਪੁਨੀਤ ਕਹਤੇ ਪੁਨੀਤ ਸਤੂਰੇ ਰਹਿਆ।
ਤੇ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪਿੰਡ ਸਭ ਤੇਰੇ